ਭਾਈ ਅਮਰੀਕਾ ਦੇ ਵੀਜ਼ੇ ਲਈ ਦੋ ਹੀ ਸਾਈਟਾਂ ਵਾ। ਪਹਿਲੀ ਸਾਈਟ ਹੈਗੀ ਆ US ਵੀਜ਼ਾ ਐਪਲੀਕੇਸ਼ਨ, ਆ ਲਿਖਤੀ ਆਪਾਂ। ਦੂਜੀ ਸਾਈਟ ਹੈਗੀ ਆ US ਵੀਜ਼ਾ ਅਪੁਆਇੰਟਮੈਂਟ, ਆ ਲਿਖਤੀ ਆ। ਬਸ ਦੋ ਹੀ ਸਾਈਟਾਂ ਦਾ ਕੰਮ ਆ, ਹੋਰ ਕੋਈ ਕੰਮ ਹੈ ਨਹੀਂ। ਕਰਨਾ ਕੀ, ਤੁਸੀਂ US ਵੀਜ਼ਾ ਐਪਲੀਕੇਸ਼ਨ ਭਰਨੀ ਆ, ਠੀਕ ਆ। ਇਹਨੂੰ ਖੋਲ ਲੈਣਾ, ਫਾਰਮ ਖੁੱਲ ਜੂ ਇੱਕ, ਫਿਰ YouTube ਤੇ ਭਰ ਲੈਣਾ ਹਾਊ ਟੂ ਅਪਲਾਈ US ਵੀਜ਼ਾ, ਠੀਕ ਆ। ਇੱਦਾਂ ਲਿਖ ਲੈਣਾ ਉੱਤੇ, ਉਹ ਜੋ ਲਿਖਣ ਸਾਰ ਹੀ ਕੋਈ ਨਾ ਕੋਈ ਵੀਡੀਓ ਆ ਜਾਣੀ। ਵੀਡੀਓ ਬਹੁਤ ਪਈਆਂ ਪਈਆਂ ਮੁੰਡਿਆਂ ਦੀਆਂ, ਮੈਂ ਕਿਹਾ ਚੱਲ ਕਾਹਨੂੰ ਵੱਡੀ ਬਣਾਉਣੀ ਵੀਡੀਓ। ਉਹ ਤੋਂ ਦੇਖ ਦੇਖ ਕੇ ਵੀਡੀਓ ਚਲਾ ਲੈਣੀ, ਨਾਲ ਨਾਲ ਫਾਰਮ ਭਰ ਲੈਣਾ ਸ਼ੁਰੂ ਕਰ ਦੇਣਾ। ਉਹ ਸੌਖਾ ਜਿਹਾ ਫਾਰਮ ਆ, ਕੋਈ ਬੜਾ ਔਖਾ ਕੰਮ ਨਹੀਂ, ਆਪ ਹੀ ਭਰ ਸਕਦੇ ਤੁਸੀਂ, ਠੀਕ ਆ। ਇੱਕ ਫਾਰਮ ਭਰ ਕੇ ਬਾਅਦ ਵਿੱਚ ਤੁਹਾਨੂੰ ਇੱਕ ਨੰਬਰ ਮਿਲ ਜਾਣਾ, ਉਹ ਨੰਬਰ ਨੂੰ ਤੁਸੀਂ ਆ US ਵੀਜ਼ਾ ਅਪੁਆਇੰਟਮੈਂਟ ਵਾਲਾ ਜਿਹੜਾ, ਇਹਦੇ ਤੇ ਜਾ ਕੇ ਆਪਦੀ ID ਬਣਾ ਕੇ ਉਹ ਨੰਬਰ ਪਾ ਕੇ, $160 ਪਹਿਲਾਂ ਲੱਗਦੇ ਹੁੰਦੇ ਸੀ ਅਮੈਰੀਕਨ, ਹੁਣ 185 ਹੋ ਗਏ। ਬਸ ਇਹ ਭਰ ਕੇ ਤੇ ਤੁਹਾਨੂੰ ਇੱਕ ਡੇਟ ਮਿਲ ਜੂਗੀ, ਉਹ ਡੇਟ ਵਾਲੇ ਦਿਨ ਤੁਸੀਂ ਜਾਣਾ ਵਾ ਆਫਿਸਰ ਕੋਲੇ ਤੇ ਉਹਨੂੰ ਕਰਨਾ ਕਨਵਿੰਸ, ਜੇ ਉਹ ਮੰਨ ਗਿਆ ਤੇ ਵੀਜ਼ਾ ਤੁਹਾਡਾ ਪੱਕਾ। ਇੰਨਾ ਕੀ ਕੰਮ ਹੈ ਵੀਰੇ, ਮੈਂ ਵੀ ਇਹੀ ਕੀਤਾ।